ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਹਰਜਿੰਦਰ ਸਿੰਘ ਜੀ ਹੁਣਾਂ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਸਤੇ ਤੇ ਚਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ, ਸੰਸਕਾਰੀ ਅਤੇ ਨੇਕ ਦਿਲ ਇਨਸਾਨ ਸਨ। ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿਣਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਪਾਣੀ ਵਿੱਚ ਰਹਿਣ ਵਾਲਾ ਪਰਿਵਾਰ ਹੈ। ਆਪ ਜੀ ਦੇ ਬੱਚੇ ਸੰਸਕਾਰੀ ਹਨ ਅਤੇ ਆਪ ਜੀ ਦੇ ਹੀ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ। ਸਰਦਾਰ ਹਰਜਿੰਦਰ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਮੱਲੀ ਬੈਦਵਾਨ ਸੈਕਟਰ 80 ਮੋਹਾਲੀ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਪਰਮਾਤਮਾ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਹੇ ਪਰਮੇਸ਼ਰ ਵੀ ਸਾਰੀ ਜ਼ਿੰਦਗੀ ਦਾ ਲੇਖੇ ਲਾਉਣੀ ਵੀ ਬੜੀ ਔਖੀ ਹੈ, ਕਿਰਪਾ ਕਰਕੇ ਜੀ ਤੁਸੀਂ ਥੋੜ੍ਹਾ ਜਿਹਾ ਸਮਾਂ ਘੱਟ ਕਰ ਦੇਵੋ ਤਾਂ ਫਿਰ ਬਹੁਤ ਵਧੀਆ ਗੱਲ ਹੈ। ਪਰਮਾਤਮਾ ਨੇ ਇਨਸਾਨ ਦੇ ਉੱਪਰ ਗੱਲ ਛੱਡ ਦਿੱਤੀ, ਜਿਹਨੇ ਤੈਨੂੰ ਚੰਗਾ ਲੱਗਦਾ ਤੂੰ ਉਵੇਂ ਕਰਦਾ, ਜਿੰਨਾ ਸਮਾਂ ਤੂੰ ਕਹੇਗਾ ਆਪਾਂ ਉਹਨਾਂ ਸਮਾਂ ਹੀ ਵਰਤ ਲਵਾਂਗੇ, ਜਿੰਨਾ ਤੂੰ ਕਹੇਗਾ ਉਨਾ ਹੀ ਲੇਖੇ ਲਾ ਲਵਾਂਗਾ। ਇਹਨੇ ਪਰਮਾਤਮਾ ਦੇ ਨਾਲ ਗੱਲ ਕੀਤੀ, ਕਹਿਣ ਲੱਗਾ ਜੀ ਮੈਨੂੰ 7 ਕੁ ਦਿਨਾਂ ਦਾ ਸਮਾਂ ਦੇ ਦਿਓ, ਵੀ ਹਫ਼ਤਾ ਕੁ ਬਹੁਤ ਹੈ, ਮੈਂ ਹਫ਼ਤਾ ਕੁ ਸਾਰੀ ਜ਼ਿੰਦਗੀ 'ਚ ਇੱਕ ਹਫ਼ਤਾ ਤੁਹਾਡੇ ਲੇਖੇ ਲਾਇਆ। ਦੇਖੋ ਗੁਰੂ ਕਿੱਡਾ ਚੰਗਾ, ਮਹਾਰਾਜ ਨੇ ਫਿਰ ਵੀ ਇਹ ਨਹੀਂ ਕਿਹਾ ਵੀ ਕੋਈ ਗੱਲ ਨਹੀਂ, ਪਾਤਸ਼ਾਹ ਕਹਿੰਦੇ ਵੀ ਜੇ ਤੂੰ ਇੱਕ ਹਫ਼ਤਾ ਕਹਿੰਦਾ ਨਾ ਵੀ ਕੋਈ ਗੱਲ ਨਹੀਂ ਵੀ ਇੱਕ ਹਫ਼ਤਾ ਹੀ ਲਾ। ਇਹਨੇ ਇੱਕ ਹਫ਼ਤੇ ਦੇ ਵਿੱਚ ਕਦੇ ਸੌ ਗਿਆ, ਕਦੇ ਕੁਝ ਕਰਦਾ ਰਿਹਾ, ਕਦੇ ਕੁਝ ਕਰਦਾ ਰਿਹਾ। ਉਸ ਇੱਕ ਹਫ਼ਤੇ ਦੇ ਵਿੱਚ ਇੱਕ ਵਾਰ ਵੀ ਪਰਮਾਤਮਾ ਨੂੰ ਸਿਮਰਿਆ ਨਹੀਂ ਤੇ ਨਾ ਹੀ ਗੁਰੂ ਦੇ ਮੱਥੇ ਆ ਕੇ ਲੱਗੇ ਹੈ। ਜਦੋਂ ਇਹ ਕਾਫੀ ਦਿਨਾਂ ਬਾਅਦ ਗੁਰੂ ਸਾਹਿਬ ਦੇ ਕੋਲ ਆਇਆ ਨਾ, ਮਹਾਰਾਜ ਕਹਿਣ ਲੱਗੇ ਭਲਿਆ ਕੀ ਹੋਇਆ। ਕਹਿਣ ਲੱਗਾ ਜੀ ਵੀ ਮੈਂ ਪੁੱਛਣਾ ਚਾਹੁੰਦਾ ਸੀ ਵੀ ਇੱਕ ਜਿਹੜਾ ਹਫ਼ਤਾ ਤੁਹਾਡੇ ਲੇਖੇ ਲਾਏ ਹੈ, ਲਾਉਣ ਲੱਗਿਆ ਇਹਨੂੰ ਮੈਂ ਬਤੀਤ ਕਿਵੇਂ ਕਰਾਂ, ਮੈਨੂੰ ਇਹ ਵੀ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਗੁਰਬਾਣੀ ਦੇ ਵਿੱਚ ਦੋ ਜਗ੍ਹਾ ਦੇ ਉੱਪਰ 7 ਵਾਰ ਉਚਾਰਨ ਕੀਤੀ, 7 ਦਿਨਾਂ ਦਾ ਜ਼ਿਕਰ ਕਰਕੇ ਪਹਿਲੀ ਵਾਰ 7 ਵਾਰ ਭਗਤ ਕਬੀਰ ਸਾਹਿਬ ਨੇ ਗੌੜੀ ਰਾਗ ਦੇ ਵਿੱਚ ਉਚਾਰਨ ਕੀਤੀ ਹੈ, ਦੂਸਰੀ 7 ਵਾਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਿਲਾਵਲ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਹੈ। ਪਾਤਸ਼ਾਹ ਕਹਿੰਦੇ ਉਹਨੂੰ ਪੜ੍ਹ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਉਸ ਹਿਸਾਬ ਨਾਲ ਲਿਖੇ ਲਓ। ਉਸ ਗੱਲ ਤੇ ਵੀ ਪੱਕਾ ਨਾ ਰਿਹਾ, ਉਸ ਗੱਲ ਤੇ ਵੀ ਇਹ ਖੜ ਨਾ ਸਕਿਆ। ਮਹਾਰਾਜ ਨੂੰ ਕਹਿਣ ਲੱਗਾ ਜੀ ਵੀ ਇੰਨਾ ਟਾਈਮ ਤਾਂ ਬੜਾ ਮੁਸ਼ਕਲ ਹੈ, ਵੀ ਥੋੜ੍ਹਾ ਜਿਹਾ ਤੂੰ ਘੱਟ ਕਰਕੇ ਦਿਓ। ਪਾਤਸ਼ਾਹ ਕਹਿੰਦੇ ਜਿਵੇਂ ਤੇਰੀ ਮਰਜ਼ੀ ਹੈ, ਜੇ ਘੱਟ ਕਰਨਾ ਘੱਟ ਕਰ ਲੈ। ਇਹਨੇ ਕਿਹਾ ਜੀ ਵੀ ਮੈਨੂੰ ਇੱਕ ਦਿਨ ਤੇ ਇੱਕ ਰਾਤ ਦੇ ਦਿਓ, ਇੱਕ ਦਿਨ ਤੇ ਇੱਕ ਸਾਰੀ ਜ਼ਿੰਦਗੀ ਦੇ ਵਿੱਚੋਂ ਇੱਕ ਦਿਨ ਤੇ ਰਾਤ ਜਪ ਲਵਾਂਗਾ। ਮਹਾਰਾਜ ਕਹਿੰਦੇ ਜਪ। ਇਹਨੇ ਜੀ ਨਾ ਤਾਂ ਦਿਨੇ ਜਪਿਆ ਤੇ ਨਾ ਹੀ ਰਾਤ ਨੂੰ ਜਪਿਆ। ਜਦੋਂ ਸਤਿਗੁਰਾਂ ਦੇ ਕੋਲ ਆਇਆ, ਮਹਾਰਾਜ ਕਹਿੰਦੇ ਕਿਉਂ ਭਾਈ ਜਪਿਆ? ਕਹਿੰਦੇ ਨਹੀਂ ਜੀ। ਮਹਾਰਾਜ ਕਹਿੰਦੇ ਭਲਿਆ ਤੂੰ ਜਪਿਆ ਨਹੀਂ, ਤੂੰ ਤਾਂ ਇੰਜ ਕਰਦਾ ਰਿਹਾ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਹਿੰਦੇ ਇਹਨੂੰ ਕੌਡੀਆਂ ਦੇ ਬਦਲੇ ਗਵਾਈ ਜਾਂਦਾ ਹੈ। ਉਸ ਵਕਤ ਕਹਿਣ ਲੱਗੇ ਇਹਨੇ ਜਦੋਂ ਦਿਨ ਤੇ ਰਾਤ ਦੀ ਗੱਲ ਕੀਤੀ, ਪਰਮਾਤਮਾ ਕਹਿਣ ਲੱਗੇ ਭਲਿਆ ਮੈਂ ਤੈਨੂੰ ਕਿਹਾ ਸੀ ਨਾ, ਅਰਬੀ ਗੁਰਬਾਣੀ ਦੇ ਵਿੱਚ ਮਾਝ ਰੰਗ ਦੇ ਵਿੱਚ ਦਿਨ ਰਹਿਣ ਬਾਣੀ ਆਉਂਦੀ ਆ, ਪਾਤਸ਼ਾਹ ਕਹਿੰਦੇ ਉਹਨੂੰ ਪੜ੍ਹ ਕੇ ਤੂੰ ਆਪਦਾ ਦਿਨ ਰਾਤ ਬਤੀਤ ਕਰ ਲੈਂਦਾ। ਫਿਰ ਇਹਨੇ ਜੀ ਗੁਰੂ ਤੋਂ ਪੁੱਛਿਆ, ਕਹਿੰਦੇ ਮਹਾਰਾਜ ਇਹ ਤੂੰ ਘੱਟ ਹੋਰ ਕਰੋ। ਚਾਰ ਪੈਰਾਂ ਦੀ ਗੱਲ ਕੀਤੀ ਗਈ, ਪਾਤਸ਼ਾਹ ਨੇ ਫਿਰ ਸ੍ਰੀ ਰਾਗ ਦੇ ਵਿੱਚ ਪੈਰਿਆਂ ਦੀ ਬਾਣੀ ਦਿੱਤੀ। ਪਹਿਲੇ ਪੈਰਾਂ ਰਹਿਣ ਕੇ ਬਣਜਾਰਿਆ ਮਿੱਤਰਾਂ ਹੁਕਮ ਪਾਇਆ ਗੁਰਬਾਸ। ਪਾਤਸ਼ਾਹ ਕਹਿਣ ਲੱਗੇ ਇਸ ਚਾਰ ਪੈਰਾਂ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਬਤੀਤ ਕਰ, ਇੱਥੋਂ ਵੀ ਮੁਨਕਰ ਹੋ ਗਿਆ। ਫਿਰ ਮਹਾਰਾਜ ਨੂੰ ਹੱਥ ਜੋੜੇ ਕਹਿਣ ਲੱਗਾ ਜੀ ਚਾਰ ਪੈਰ ਵੀ ਬਹੁਤ ਮੁਸ਼ਕਲ ਹੈ, ਇੱਥੋਂ ਥੋੜ੍ਹੇ ਜਿਹੇ ਹੋਰ ਘੱਟ ਕਰ ਲਓ। ਪਾਤਸ਼ਾਹ ਕਹਿੰਦੇ
ਇਦੋਂ ਕੱਟ ਕਹਿਣ ਲੱਗੇ ਵੀ ਹੋਰ ਕਰਨੇ ਚਾਹੁੰਦਾ ਕੋਈ ਗੱਲ ਨੀ ਤੇਰੀ ਮਰਜ਼ੀ ਹੈ ਵੀ ਮੇਰਾ ਮਕਸਦ ਇੱਕੋ ਹੀ ਹੈ ਵੀ ਤੂੰ ਜਪ ਲਵੇਂ ਜਦੋਂ ਮਰਜ਼ੀ ਜਪ। ਫਿਰ ਬਾਬਾ ਕਬੀਰ ਸਾਹਿਬ ਨੇ ਇੱਕ ਬੜਾ ਪਿਆਰਾ ਬੋਲ ਲਿਖਿਆ। ਕਬੀਰ ਸਾਹਿਬ ਜੀ ਕਹਿਣ ਲੱਗੇ, ਉਹ ਕਹਿੰਦੇ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਫਨ ਆਦਿ ਭਗਤ ਨ ਸੇਤੀ ਗੋਸਤੇ ਜੋ ਕਿੰਨੋ ਸੋ ਲਾਭ। ਉਹ ਕਹਿੰਦੇ ਅੱਧੀ ਤੋਂ ਅੱਧੀ ਘੜੀ ਜਪ ਲਾ ਪਰਮੇਸ਼ਰ ਨੇ ਜਦੋਂ ਸਮਝਾਇਆ, ਇਹ ਉਦੋਂ ਵੀ ਨਾ ਜਪਿਆ ਇਹਨੇ ਪਾਤਸ਼ਾਹ ਨੇ। ਫਿਰ ਹੁਣ ਇਹਨੂੰ ਇੱਕ ਗੱਲ ਕਹੀ, ਕਹਿਣ ਲੱਗੇ ਭਲਿਆ ਵੀ ਹੁਣ ਇਹ ਧਿਆਨ ਚ ਰੱਖੀ, ਹੁਣ ਮੈਂ ਤੈਨੂੰ ਇਹ ਨੀ ਕਹਾਂਗਾ ਵੀ ਇੱਕ ਮਹੀਨਾ ਜਪ, ਹੁਣ ਮੈਂ ਤੈਨੂੰ ਇਹ ਗੱਲ ਨੀ ਕਹਿਣੀ ਵੀ ਤੂੰ ਇੱਕ ਹਫਤਾ ਜਪ ਜਾ, ਇੱਕ ਦਿਨ ਤੇ ਰਾਤ ਜਪ ਜਾ, ਚਾਰ ਪੈਰ ਜਪ ਜਾ, ਅੱਧੀ ਘੜੀ। ਮੈਂ ਤੈਨੂੰ ਹੁਣ ਇੱਕੋ ਗੱਲ ਡੰਕੇ ਦੀ ਚੋਟ ਦੇ ਉੱਪਰ ਇਹ ਕਹਾਂਗਾ, ਹਰ ਜਪਦੇ ਅਖਿਲ ਢਿੱਲਣ ਢਿੱਲਣਾ ਕੀ ਜੇ ਮੇਰੀ ਜ਼ਿੰਦਗੀ ਏ, ਮੱਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ। ਪਾਤਸ਼ਾਹ ਕਹਿਣ ਲੱਗੇ ਭਲਿਆ, ਪਰਮਾਤਮਾ ਦਾ ਨਾਮ ਜਪਣ ਵੇਲੇ ਢਿੱਲਣਾ ਕਰੀ ਕੋਈ ਪਤਾ ਨਹੀਂ, ਅੰਦਰ ਗਿਆ ਹੋਇਆ ਸਵਾਸ ਬਾਹਰ ਨਿਕਲੇ ਜਾਂ ਨਾ ਨਿਕਲੇ ਇਹਦਾ ਕੋਈ ਪਤਾ ਨੀ, ਕਹਿੰਦਾ ਕੋਈ ਭਰੋਸਾ ਨਹੀਂ। ਪਾਤਸ਼ਾਹ ਦੇ ਅੱਗੇ ਅੱਜ ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਇੱਕ ਪਾਸੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਆਹ ਜਿਹੜਾ ਸਰੀਰ ਹੈ ਇਹ ਇੱਕ ਮਿੱਟੀ ਦੀ ਢੇਰੀ ਹੈ, ਇੱਕ ਮਿੱਟੀ ਦਾ ਪੰਡ ਹੈ। ਇੱਕ ਪਾਸੇ ਸਤਿਗੁਰੂ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਜਿਹੜਾ ਮਨੁੱਖਾ ਜੀਵਨ ਹੈ ਹੀਰਿਆਂ ਦੀ ਖਾਣ ਹੈ। ਅਰਬੀ ਗੁਰਬਾਣੀ ਦੇ ਵਿੱਚ ਦੋ ਚੀਜ਼ਾਂ ਨੂੰ ਹੀਰਿਆਂ ਨਾਲ ਤੁਲਨਾ ਦਿੱਤੀ ਹੈ, ਇੱਕ ਇੱਕ ਗੱਲ ਵੱਲ ਧਿਆਨ ਦਿਓ। ਪਹਿਲੀ ਹੀਰਿਆਂ ਨਾਲ ਤੁਲਨਾ ਦਿੱਤੀ ਗਈ ਪਰਮਾਤਮਾ ਦੇ ਨਾਮ ਨੂੰ। ਪਾਤਸ਼ਾਹ ਕਹਿਣ ਲੱਗੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਮਤਾਨੀ ਡਿੱਗੈ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਰਜਿੰਦਰ ਸਿੰਘ ਐਜੂਕੇਸ਼ਨ ਕੀਤੀ ਅੰਡਰ ਮੈਟ੍ਰਿਕ ਸੀ, ਇਸ ਤੋਂ ਬਾਅਦ ਉਹ ਕਿਆ ਕਰਿਆ ਕਲਕੱਤੇ ਗਿਆ, ਲਾਇਸੈਂਸ ਬਣਾਇਆ ਕਾਰ ਦਾ, ਟੈਕਸੀ ਚਲਾਈ ਆਪਣੀ, ਕੁਛ ਸਾਲ ਚਲਾ ਕੇ ਫਿਰ ਟਰੱਕ ਚਲਾਇਆ ਆਪਣਾ, ਉਸ 'ਚ ਵੀ ਨਾ ਹੋਇਆ ਤਾਂ ਫਿਰ ਘਰ 'ਚ ਆ ਕੇ ਦੁੱਧ ਦਾ ਕੰਮ ਕੀਤਾ, ਉਸ 'ਚ ਵੀ ਨਹੀਂ ਹੋਇਆ ਪੂਰਾ, ਫਿਰ ਉਸਨੇ ਦੁਬਈ ਗਿਆ, ਦੁਬਈ ਤੋਂ ਫਿਰ ਵਾਪਸ ਆ ਕੇ ਅੱਜ ਜ਼ਿੰਦਗੀ ਦੀ ਉਹਦੀ ਸਿਖਾਲੀ ਹੋਈ ਸੀ, ਪਰ ਅੱਜ ਸਿਖਾਲੀ ਹੋਈ ਸੀ ਇਹ ਕੰਮ ਹੋ ਗਿਆ। ਇਹ ਤਾਂ ਕਿਸੇ ਦੇ ਬਸ ਨਹੀਂ ਹੈ, ਪਰ ਮੈਂ ਆਪਣੇ ਨਗਰ ਦਾ ਆਪਣੇ ਇਲਾਕੇ ਦਾ ਪ੍ਰੇਮ ਨਹੀਂ ਭੁੱਲ ਸਕਦਾ। ਖਬਰ ਸੁਣ ਸਾਰ ਇਹਦੀ ਬੜੀ ਇਕੱਠ 'ਚ ਆ ਕੇ ਸਾਡੇ ਨਾਲ ਜਿਹੜਾ ਦੁੱਖ ਦਾ ਬਟਵਾਰਾ ਕੀਤਾ ਇਹ ਪਰਿਵਾਰ ਕਦੇ ਭੁੱਲੇਗਾ ਨਹੀਂ। ਬਹੁਤ ਬੜਾ ਸਹਿਯੋਗ ਤੁਸੀਂ ਸਾਨੂੰ ਦਿੱਤਾ, ਮੇਰੇ ਦਿਲ 'ਚ ਬਹੁਤ ਬੜੀ ਕਦਰ ਇਸ ਚੀਜ਼ ਦੀ ਗਈ। ਸੰਨ 62 ਦੇ ਵਿੱਚ 57 ਸਾਲ ਹੋ ਗਏ, ਮੈਂ ਅਤੇ ਹਰਜਿੰਦਰ ਸਿੰਘ ਖਾਲਸਾ ਹਾਈ ਸਕੂਲ ਸੋਹਾਣਾ ਅੰਬ ਸਾਹਿਬ ਇਕੱਠੇ ਪੜ੍ਹਦੇ ਰਹੇ। ਇਹ 6ਵੀਂ 'ਚ ਸੀ, ਮੈਂ 5ਵੀਂ ਸੀ। ਉਦੋਂ ਤੋਂ ਮੇਰੇ ਨਾਲ ਹਰਜਿੰਦਰ ਸਿੰਘ ਭਰਾਵਾਂ ਵਾਲਾ ਪਿਆਰ ਹੈ। ਉਸ ਤੋਂ ਬਾਅਦ ਜਿਵੇਂ ਦੱਸਿਆ ਗਿਆ ਉਹ ਬਾਹਰ ਚਲੇ ਗਏ, ਕਾਰੋਬਾਰ ਕਰਿਆ। ਮੈਨੂੰ ਯਾਦ ਹੈ ਜਦੋਂ ਵੀ ਉਹ ਕਲਕੱਤੇ ਤੋਂ ਜਾਂ ਕਿਤੇ ਬਾਹਰੋਂ ਆਉਂਦੇ ਸੀ, ਸਭ ਤੋਂ ਪਹਿਲਾਂ ਕਈ ਵਾਰੀ ਇਹ ਹੋਇਆ ਕਿ ਮੌਲੀ ਆਉਣ ਤੋਂ ਪਹਿਲਾਂ ਉਹ ਮੇਰੇ ਕੋਲ ਆ ਜਾਂਦੇ ਸੀਗੇ ਸੋਹਾਣੇ, ਕਿਉਂਕਿ ਮੇਰਾ ਘਰ ਜਿੱਥੇ ਬੱਸਾਂ ਖੜ੍ਹਦੀਆਂ ਬੱਸ ਸਟੈਂਡ ਬੱਸ ਸਟੋਪ ਦੇ ਕੋਲ ਸੀਗਾ। ਬਹੁਤ ਹੀ ਸਤਿਕਾਰ ਕਰਨ ਵਾਲਾ, ਪਿਆਰ ਕਰਨ ਵਾਲਾ। ਜੇ ਪਿੰਡ ਦੇ ਵਿੱਚ ਮਿਲ ਗਿਆ ਤਾਂ ਉਹ ਐਂ ਨਹੀਂ ਹੋ ਸਕਦਾ ਕਿ ਆਪਣੇ ਘਰ ਲਿਆ ਕੇ ਚਾਹ ਪਾਣੀ ਦੀ ਸੇਵਾ ਨਾ ਕਰੇ। ਬਾਈ ਜੀ ਜ਼ਰੂਰ ਇੱਕ ਮਿੰਟ ਵਾਸਤੇ ਮੇਰੇ ਘਰ ਚਲੋ, ਜੇ ਕਿਤੇ ਬਾਹਰ ਮਿਲ ਗਏ ਤਾਂ ਵੀ ਕਹਿਣਾ ਕਿ ਬਾਈ ਜੀ ਆਉਂਦੇ ਨਹੀਂ ਹੈਗੇ, ਆਇਆ ਕਰੋ। ਬਹੁਤ ਹੀ ਪਿਆਰ ਕਰਨ ਵਾਲਾ ਮਿੱਤਰ ਸੀ ਸਾਡਾ ਰੰਗਲਾ ਮਿੱਤਰ। MLA ਬਣ ਦੇ ਵਿੱਚ ਇਸ ਨਗਰ ਦਾ, ਇਸ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ। ਮੈਂ ਅਤੇ ਮੇਰਾ ਪਰਿਵਾਰ, ਮੇਰੀ ਪਾਰਟੀ ਇਸ ਪਰਿਵਾਰ ਦੀ ਰਿਣੀ ਹੈ, ਕਿਉਂਕਿ ਸਾਹਿਬ ਪ੍ਰੀਤਮ ਸਿੰਘ ਦੇ ਪਿਤਾ ਜੀ ਸੀ ਜਿਹੜੇ ਕਿ ਬਹੁਤ ਸਮਾਂ ਪਹਿਲਾਂ ਜਿਹੜੇ ਕਿ ਪਾਰਟੀ ਦੇ ਇਸ ਬਲਾਕ ਦੇ ਪ੍ਰਧਾਨ ਰਹੇ। ਉਹਨਾਂ ਨੇ ਉਸ ਬੂਟੇ ਨੂੰ ਹੋਰ ਵੱਡਾ ਕੀਤਾ। ਅੱਜ ਮੈਂ ਕਹਿ ਸਕਦਾ ਕਿ ਜੇ ਮੈਂ ਇੱਕ ਵਜ਼ੀਰ ਬਣਿਆ ਤਾਂ ਉਹਦੇ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ। ਇੰਨਾ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਦਾ, ਜਿਹੜੀ ਅੱਜ ਇਸ ਦੁੱਖ ਦੀ ਘੜੀ ਸ਼੍ਰੀ ਗੁਰੂ ਵਾਸਤੇ ਆਈ ਹੈ, ਕੋਟ ਕੋਟ ਧੰਨਵਾਦ ਕਰਦਾ। ਸਾਡੀ ਪਾਰਟੀ ਦੇ ਬਹੁਤ ਸਾਰੇ ਲੀਡਰ, ਸਰਪੰਚ, ਪੰਚ ਸਾਹਿਬਾਨ,
ਨਸਤਰ ਗੌਸਰ ਸਾਹਿਬਾਨ ਔਰ ਸਾਰੇ ਸਾਥੀ ਇੱਥੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਕੋਟ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।